मुख्यमंत्री नाल मुलाकात का समा मिलन तो बाद किसानों का प्रदर्शन खत्म हो चुके हैं। 5 जुलाई नूं मुलाकात का समा मुकर्र होया। मुख्यमंत्री भगवंत मान दे नाल किसान वर्ग मुलाकात कर रहा है। मुलाकात विच पंजाब दीआं मंगां दा जिक्र होएगा। किरती किसान यूनियन दे वल्लों अज प्रदर्शन किया गया पंजाब दे नहरी पाणियां दी वंड नूं लैके। किरती किसान यूनियन के सूबा प्रधान निरभय सिंह ढुड्डी के मौजूद ने साडे नाल, अज भी खड़का दड़का होया, बैरीकेडिंग तोड़ के पहुंचे है। की सरकार दे नाल निरभय जी होई कोई गलबात? हाँ, की फैसला सरकार ने सानू पत्र भेजे है। 5 जुलाई नूं 11 बजे उन्होंने सानू मीटिंग दिती है। मीटिंग च गल करन दा उन्होंने टाइम दिता है। ठीक है, कौन मिलूगा मीटिंग? भगवंत मान जी सानू मिलणगे। अच्छा, मुख्यमंत्री मिलणगे। हां, ओदे च मिलणगे। ठीक है, यही ओदे च लिखिया आया। ਗਾਹ ਅੱਗੇ ਵੇਖਦੇ ਆ ਮਿਲਦੇ ਆ ਕਿਵੇਂ ਕਰਦੇ ਆ, ਤੇ ਅਸੀਂ ਸਮਝਦੇ ਹਾਂ ਵੀ ਜਿਹੜਾ ਸਾਡਾ ਸੰਘਰਸ਼ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਸਾਨੂੰ, ਕਿਉਂਕਿ ਜਿਹੜੇ ਪੰਜਾਬ ਦੇ ਬਹੁਤ ਅਹਿਮ ਮਾਮਲੇ ਆ ਪਾਣੀ ਦੇ, ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ। ਪੰਜਾਬ ਬਹੁਤ ਬੁਰੀ ਹਾਲਤ 'ਚ ਚੱਲਿਆ ਗਿਆ। ਬਹੁਤ ਵੱਡੀਆਂ ਵੱਡੀਆਂ ਮੋਟਰਾਂ ਲੱਗੀਆਂ ਲੋਕਾਂ ਦੀਆਂ, 30-30 ਹਾਰਸ ਪਾਵਰ, 35-35 ਹਾਰਸ ਪਾਵਰ, ਅੱਜ ਚੈਕਿੰਗ ਹੋ ਜੇ ਅੱਧੀਆਂ ਮੋਟਰਾਂ ਵੱਡੀਆਂ ਹੈ, ਮਤਲਬ ਉਹ ਇੰਨੀਆਂ ਵੱਡੀਆਂ, ਅਸੀਂ ਹੋਰ ਇਦੂ ਵੱਡੀਆਂ ਮੋਟਰਾਂ ਨਹੀਂ ਲਾ ਸਕਦੇ। ਸਾਡੇ ਫਿਰ ਟਰਾਂਸਫਾਰਮਰ ਸੜ ਲੱਗ ਜਾਂਦੇ, ਹੋਰ ਲੜਦੇ। ਸਾਨੂੰ ਨਹਿਰੀ ਪਾਣੀ ਦੀ ਅਤਿਅੰਤ ਜ਼ਰੂਰਤ ਹੈ। ਜੇ ਨਹਿਰੀ ਪਾਣੀ ਜਾਊਗਾ, ਬਾਕੀ ਰੀਚਾਰਜਿੰਗ ਪੁਆਇੰਟ ਸਾਰਾ ਮੀਂਹ ਦਾ ਪਾਣੀ ਹੈ, ਇਹ ਰੀਚਾਰਜ ਕਰਕੇ ਥੱਲੇ ਵੜਨਾ ਚਾਹੀਦਾ, ਥੱਲਿਓਂ ਪਾਣੀ ਉੱਚਾ ਚੱਕਣ ਲਈ। ਪਰ ਰੀਚਾਰਜਿੰਗ ਤਾਂ ਨਹਿਰਾਂ ਵਾਲੀ ਵੀ ਬੰਦ ਹੁੰਦੀ ਜਾ ਰਹੀ ਹੈ, ਕਹਿੰਦੇ ਜਿਹੜੀਆਂ ਨਵੀਆਂ ਨਹਿਰਾਂ ਬਣ ਰਹੀਆਂ ਹੈ ਉਹ ਥੱਲੇ ਹੈ, ਜਿਹੜੇ ਉਹਨਾਂ ਦਾ ਸੀਮੈਂਟ ਪਾਇਆ ਜਾ ਰਿਹਾ, ਉਹਦੇ ਸੀਮੈਂਟ ਪਾ ਕੇ ਕਾਗਜ਼ ਪਾ ਕੇ ਬੰਦ ਕੀਤਾ ਜਾ ਰਿਹਾ। ਸਾਨੂੰ ਤਾਂ ਬਹੁਤ ਉਹਦੇ 'ਤੇ ਹਾਸਾ ਆਉਂਦਾ। 780 ਕਰੋੜ ਰੁਪਈਆ ਉਹਨਾਂ ਨੂੰ ਪੱਕੀਆਂ ਕਰਨ 'ਤੇ ਲਾ ਦੇਣਾ ਵੀ ਭੋਰਾ ਤਬਕਾ ਪਾਣੀ ਦਾ ਪੰਜਾਬ 'ਚ ਡਿੱਗ ਨਾ ਪਵੇ। ਇਹ ਜਿਹੜਾ ਬਜਟ ਦੇ ਵਿੱਚੋਂ ਐਲੋਕੇਟ ਹੈ ਪੰਜਾਬ ਗਵਰਨਮੈਂਟ ਨੇ ਕੀਤਾ? ਹਾਂਜੀ ਹਾਂਜੀ। ਤਾਂ ਪੰਜਾਬ ਸਰਕਾਰ ਪੰਜਾਬ ਦੀਆਂ ਨਹਿਰਾਂ ਨੂੰ ਐਂ ਬਣਾ ਰਹੀ ਹੈ ਥੱਲੋਂ, ਐਂ ਬਣਾ ਰਹੀ ਵੀ ਪੰਜਾਬ 'ਚ ਪਾਣੀ ਕਿਤੇ ਠਹਿਰੇ ਨਾ। ਜਿਹੜਾ ਜਿਹੜਾ ਦੂਜਾ 20 ਕਰੋੜ ਰੱਖਿਆ ਰੀਚਾਰਜਿੰਗ ਵਾਸਤੇ, ਇਹ ਬਾਹਰ ਭੇਜਣ ਲਈ 380 ਕਰੋੜ ਰੱਖਿਆ, 780 ਕਰੋੜ ਰੱਖਿਆ। ਇਹਦੀ ਅਸੀਂ ਮੁਖਾਲਫਤ ਕਰਦੇ ਹਾਂ। ਬਾਕੀ ਜਿਹੜਾ ਮੱਤੇ ਵਾਲੇ ਜੰਗਲ ਹੈ ਉਹਨੂੰ, ਜੰਗਲ ਨੂੰ ਤਬਾਹ ਕਰਕੇ ਹੱਬ ਬਣਾਉਣ ਦੀ ਅਸੀਂ ਨਿਖੇਧੀ ਕਰਦੇ ਹਾਂ। ਅਸੀਂ ਕਰਦੇ ਹਾਂ, ਅੱਗੇ ਹੀ ਸਤਲੁਜ ਬਥੇਰਾ ਗੰਦਾ ਕੀਤਾ ਵਾ, ਹੋਰ ਗੰਦਾ ਕਰਨ ਨੂੰ ਬਚਾਓ, ਹੋਰ ਨਾ ਹੁਣ ਗੰਦਾ ਕਰੋ ਸਤਲੁਜ ਨੂੰ। ਸਤਲੁਜ ਨੂੰ ਦਰਿਆ ਦਾ ਦਰਿਆ ਰਹਿਣ ਦੇ, ਤੁਸੀਂ ਨਾਲਾ ਬਣਾਤਾ ਉਹਨੂੰ। ਵੀਡੀਓ ਜਰਨਲਿਸਟ ਅਮਨ ਦੇ ਨਾਲ ਗੁਰਪ੍ਰੀਤ ਸਿੰਘ, ਜ਼ੀ ਮੀਡੀਆ, ਚੰਡੀਗੜ੍ਹ।